ਇਹ ਹਵਾ ਦੇ ਦਬਾਅ ਦਾ ਇੱਕ ਮਜ਼ੇਦਾਰ ਪ੍ਰੀਖਣ ਹੈ। ਤੁਹਾਨੂੰ ਇੱਕ ਗੋਲ ਤੱਲੇ ਵਾਲੀ ਬੋਤਲ ਚਾਹੀਦੀ ਹੈ। ਤੁਹਾਨੂੰ ਰਬੜ ਟਿਊਬ ਵਾਲਾ ਦੋ ਮੂੰਹਾਂ ਵਾਲਾ ਢੱਕਣ, ਗੁਬਾਰੇ ਅਤੇ ਰਬੜ ਬੈਂਡ ਚਾਹੀਦੇ ਹਨ। ਰਬੜ ਬੈਂਡਾਂ ਦੀ ਸਹਾਇਤਾ ਨਾਲ ਦੋ ਰਬੜ ਟਿਊਬਾਂ ਨਾਲ ਦੋ ਗੁਬਾਰੇ ਬੰਨ ਦਿਓ। ਇਸ ਗੱਲ ਦਾ ਧਿਆਨ ਰੱਖਣਾ ਕਿ ਟਿਊਬ ਦੇ ਕਿਨਾਰੇ ਅਤੇ ਗੁਬਾਰੇ ਵਿੱਚੋਂ ਹਵਾ ਲੀਕ ਨਾ ਹੋਵੇ। ਇਹਨਾਂ ਦੋਨਾਂ ਗੁਬਾਰਿਆਂ ਨੂੰ ਬੋਤਲ ਵਿੱਚ ਪਾ ਦਿਓ ਅਤੇ ਢੱਕਣ ਟਾਈਟ ਕਰ ਦਿਓ। ਫਿਰ ਢੱਕਣ ਨੂੰ ਥੋੜ੍ਹਾ ਜਿਹਾ ਢਿੱਲਾ ਕਰੋ ਅਤੇ ਇੱਕ ਟਿਊਬ ਵਿੱਚ ਹਵਾ ਭਰੋ ਤਾਂ ਕਿ ਗੁਬਾਰੇ ਫੁੱਲ ਜਾਣ। ਫਿਰ ਢੱਕਣ ਨੂੰ ਚੰਗੀ ਤਰ੍ਹਾਂ ਟਾਈਟ ਕਰ ਦਿਓ। ਹੁਣ ਤੁਸੀਂ ਟਿਊਬ ਨਾਲ ਗੁਬਾਰਿਆਂ ਨੂੰ ਫੁਲਾ ਸਕਦੇ ਹੋ ਅਤੇ ਚਪਟਾ ਵੀ ਕਰ ਸਕਦੇ ਹੋ। ਇਹ ਸਾਰਾ ਕੁਝ ਇੱਕ ਬੰਦ ਪ੍ਰਣਾਲੀ ਹੋਣ ਕਰਕੇ ਹੈ। ਇਹ ਬਹੁਤ ਹੀ ਆਨੰਦਮਈ ਹੈ। ਹੁਣ ਇੱਕ ਗੁਬਾਰੇ ਨੂੰ ਕੱਢ ਦਿਓ ਅਤੇ ਦੁਬਾਰਾ ਢੱਕਣ ਟਾਈਟ ਕਰ ਦਿਓ। ਹੁਣ ਤੁਸੀਂ ਟਿਊਬ ਰਾਹੀਂ ਹਵਾ ਨਾਲ ਗੁਬਾਰੇ ਨੂੰ ਫੁਲਾ ਸਕਦੇ ਹੋ। ਤੁਸੀਂ ਦੂਸਰੀ ਟਿਊਬ ਵਿੱਚੋਂ ਹਵਾ ਬਾਹਰ ਨੂੰ ਖਿੱਚ ਕੇ ਵੀ ਗੁਬਾਰੇ ਨੂੰ ਫੁਲਾ ਸਕਦੇ ਹੋ। ਇਹ ਬੰਦ ਪ੍ਰਣਾਲੀ ਹੋਣ ਦੇ ਕਾਰਨ ਹੀ ਸੰਭਵ ਹੈ।